ਭਾਈ ਅੰਮ੍ਰਿਤਪਾਲ ਸਿੰਘ ਵੀ ਆਉਣਗੇ ਜਾਂ ਫਿਰ ਜੇਲ੍ਹ ਦੇ ਵੀ ਸਹੁੰ ਚੁੱਕਣਗੇ। 18ਵੀਂ ਲੋਕ ਸਭਾ ਦਾ ਇਜਲਾਸ ਆ ਜਿਹੜਾ ਉਹ ਅੱਜ ਸ਼ੁਰੂ ਹੋ ਗਿਆ। ਬਾਹਰ ਆਉਣਗੇ ਇੱਕ ਘੰਟੇ ਲਈ ਪੈਰੋਲ ਮਿਲੇਗੀ ਜਾਂ ਸੰਸਦ ਦੇ ਵਿੱਚ ਸਹੁੰ ਚੱਕਣਗੇ ਆ ਕੇ ਕਿ ਜੇਲ੍ਹ 'ਚ ਸਹੁੰ ਚੱਕਣਗੇ। ਆਪਣੇ ਲੋਕ ਸਭਾ ਦੇ ਵਿੱਚ ਹੀ ਪਹੁੰਚ ਕਰਕੇ ਪੈਰੋਲ 'ਤੇ ਜਾ ਕੇ ਸਹੁੰ ਚੱਕਣਗੇ ਜੀ। ਜੇਲ੍ਹ ਅਥਾਰਟੀ ਪ੍ਰਬੰਧ ਕਰਕੇ ਉਹਨਾਂ ਨੂੰ ਉੱਥੇ ਪਹੁੰਚਾਉਂਦੀਆਂ ਅਤੇ ਫਿਰ ਵਾਪਸ ਲੈ ਕੇ ਆਉਂਦੀਆਂ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬੋਲਦਾ ਪੰਜਾਬ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਉਹਨਾਂ 13 ਚਿਹਰਿਆਂ ਦੀ ਜਿਹੜੇ ਕਿ ਜਿੱਤ ਕੇ ਦਿੱਲੀ ਵੱਲ ਕੂਚ ਕਰਨਗੇ, ਯਾਨੀ ਦਿੱਲੀ ਦੇ ਵਿੱਚ ਅੱਜ ਸਹੁੰ ਚੱਕਣਗੇ। ਉਹ ਕਿਹੜੇ ਚਿਹਰੇ ਹੋਣਗੇ? ਚਰਚਾਵਾਂ ਵੀ ਚੱਲ ਰਹੀਆਂ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਆ ਸਕਦੇ ਨੇ ਜਾਂ ਨਹੀਂ। ਇਸ 'ਤੇ ਅਸੀਂ ਜਿਹੜਾ ਵਿਸ਼ੇਸ਼ ਗੱਲਬਾਤ ਕਰਾਂਗੇ। ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਬਾਣਾ ਜੀ ਮੌਜੂਦ ਨੇ। ਰਬਾਣਾ ਜੀ, ਸਤਿ ਸ਼੍ਰੀ ਅਕਾਲ ਜੀ। ਰਬਾਣਾ ਜੀ, 13 ਚਿਹਰੇ ਕਹਿੰਦੇ ਸਹੁੰ ਚੁੱਕਣਗੇ, ਜਿਨ੍ਹਾਂ 'ਚ ਲੋਕਾਂ ਦਾ ਇੰਤਜ਼ਾਰ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਵੀ ਆਉਣਗੇ ਜਾਂ ਫਿਰ ਜੇਲ੍ਹ ਦੇ ਵੀ ਸਹੁੰ ਚੁੱਕਣਗੇ। ਕੀ ਲੱਗਦਾ, ਕੀ ਸਥਿਤੀ ਆ ਹੁਣ? ਅਮਰਜੀਤ, ਗੱਲ ਇਹ ਹੈ ਕਿ ਜਿਹੜੀ 18ਵੀਂ ਲੋਕ ਸਭਾ ਦਾ ਇਜਲਾਸ ਆ ਜਿਹੜਾ ਉਹ ਅੱਜ ਸ਼ੁਰੂ ਹੋ ਗਿਆ ਜੀ। ਪਹਿਲਾ ਦਿਨ ਸੀਗਾ ਅੱਜ ਜੀ, ਤੇ ਉਸ ਤੋਂ ਬਾਅਦ ਹੌਲੀ ਹੌਲੀ ਜਿਸ ਤਰ੍ਹਾਂ ਸਟੇਟਾਂ ਦੀ ਵਾਰੀ ਆਏਗੀ, ਲਿਸਟ ਮੁਤਾਬਕ ਜਿਹੜੇ ਸਹੁੰ ਚੁੱਕਣ ਦਾ ਜਿਹੜਾ ਸਮਾਂ ਉਹ ਹੋਏਗਾ ਜੀ। ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੀ ਜਿਹੜੀ ਵਾਰੀ ਆ ਕੱਲ 25 ਜੂਨ ਨੂੰ ਦੁਪਹਿਰ ਵੇਲੇ, ਜਿਹੜੀ ਕੱਲ ਸਾਰਾ ਦਿਨ ਪੰਜਾਬ ਦੇ ਜਿਹੜੇ ਦੁਪਹਿਰ ਤੋਂ 12 ਤੋਂ 1 ਵਜੇ ਤੱਕ ਜਿਹੜਾ ਸਮਾਂ ਪੰਜਾਬ ਦੇ 13 ਲੋਕ ਸਭਾ ਜਿਹੜੇ ਮੈਂਬਰ ਨੇ, ਨਵ ਨਿਯੁਕਤ ਜਿਹੜੇ ਸਹੁੰ ਚੁੱਕਣਗੇ, ਜਿਹੜੇ ਨਵੇਂ ਚੁਣੇ ਗਏ, ਨਵੇਂ ਚੁਣੇ ਗਏ ਸਹੁੰ ਚੁੱਕਣਗੇ। ਹੁਣ ਗੱਲ ਇਹ ਹੈ ਕਿ MP ਬਣ ਗਏ ਪਰ ਵੋਟਾਂ ਤੁਹਾਨੂੰ ਪੈ ਗਈਆਂ, ਜਿੱਤ ਗਏ ਤੁਹਾਡੀ ਲਿਸਟ ਰਾਸ਼ਟਰਪਤੀ ਕੋਲ ਪਹੁੰਚ ਗਈ, ਬਿਲਕੁਲ ਸੰਸਦ 'ਚ ਵੀ ਪਹੁੰਚ ਗਈ। ਜਿੰਨੀ ਦੇਰ ਤੁਸੀਂ ਸਹੁੰ ਨਹੀਂ ਚੱਕੋਗੇ ਤੇ ਤੁਸੀਂ MP ਦਾ ਜਿਹੜਾ ਤੁਹਾਡੇ ਕੋਲ ਜਿਹੜਾ ਲੀਗਲੀ ਉਹ ਨਹੀਂ ਬਣੇਗਾ। ਬਿਲਕੁਲ, ਹੁਣ ਉਹ ਲੀਗਲੀ MP ਕੱਲ ਤੋਂ ਬਣ ਜਾਣਗੇ ਕਿਉਂਕਿ ਕੱਲ ਨੂੰ ਉਹਨਾਂ ਨੇ ਸਹੁੰ ਚੱਕ ਲਿਆ, ਜਾਨਕਿ ਸਹੁੰ ਚੁੱਕਣ ਤੋਂ ਬਾਅਦ ਆਪਾਂ ਸਿੱਧਾ ਕਹਿ ਸਕਦੇ ਹਾਂ ਵੀ MP ਦੀ ਜਿਹੜੀ ਮੋਹਰ ਆ ਉਹ MP ਦਾ ਦਰਜਾ ਤੁਹਾਨੂੰ ਮਿਲ ਗਿਆ। MP ਦਾ ਦਰਜਾ ਆਪਾਂ ਲੋਕਾਂ ਨੇ ਤਾਂ ਉਹਨਾਂ ਨੂੰ ਜਿਹੜਾ ਹੈਗਾ ਫਤਵਾ ਦੇਤਾ, ਪਰ ਜਿੰਨੀ ਦੇਰ ਤੁਸੀਂ ਕਿਸੇ ਵੀ ਅਹੁਦੇ ਦੀ ਸਹੁੰ ਨਹੀਂ ਚੁੱਕਦੇ ਉਨੀ ਦੇਰ ਤੁਹਾਡਾ ਜਿਹੜਾ ਹੈਗਾ ਲੀਗਲੀ ਜਿਹੜਾ ਦਰਜਾ ਤੁਹਾਨੂੰ ਨਹੀਂ ਮਿਲਦਾ ਸੰਵਿਧਾਨਿਕ ਤੌਰ ਤੇ MP ਬਣ। ਹੁਣ ਗੱਲ ਆ ਗਈ ਕਿ ਪੰਜਾਬ ਦੇ ਵਿੱਚ ਇੱਕ ਉਹ ਚਿਹਰਾ ਜਿਹੜੀਆਂ ਪੂਰੇ ਦੇਸ਼ ਵਿਦੇਸ਼ ਦੀਆਂ ਨਜ਼ਰਾਂ ਸੀਗੀਆਂ, ਅੰਮ੍ਰਿਤਪਾਲ ਸਿੰਘ। ਬਿਲਕੁਲ ਬਿਲਕੁਲ, ਮੈਂਬਰ ਪਾਰਲੀਮੈਂਟ ਬਣਾ ਤੇ ਲੋਕਾਂ ਨੇ, ਬਿਲਕੁਲ ਵੱਡੀ ਲੀਡ ਨਾਲ ਜਿੱਤੇ ਆ। ਬਿਲਕੁਲ, ਪਰ ਗੱਲ ਸਸਪੈਂਸ ਹੁਣ ਇੱਥੇ ਹੈ ਕਿ ਉਹ ਸਹੁੰ ਕਿਵੇਂ ਚੁੱਕਣਗੇ। ਹਾਂ ਬਿਲਕੁਲ, ਕੀ ਉਹਨਾਂ ਨੂੰ ਸਹੁੰ ਚੁਕਾਈ ਜੇਲ੍ਹ 'ਚ ਜਾਏਗੀ? ਰਬਾਣਾ ਜੀ, ਲੋਕ ਵੀ ਇਹੀ ਸਾਡਾ ਬੋਲਦਾ ਪੰਜਾਬ ਦੇ ਵਿੱਚ ਸੋਚ ਰਹੇ ਹੋਣਗੇ ਵੀ ਤੁਸੀਂ ਸਾਰੇ ਜਿਹੜਾ 13 ਦਾ 13 ਤਾਂ ਜ਼ਿਕਰ ਕਰ ਗਿਆ ਤਾਂ 13 ਦੇ ਵਿੱਚ ਅੰਮ੍ਰਿਤਪਾਲ ਦਾ ਵੀ ਜ਼ਿਕਰ ਕਰ ਰਹੇ ਹੋ ਕਿ ਹੁਣ ਉਹ ਜੇਲ੍ਹ ਦੇ ਵਿੱਚ? ਅੰਮ੍ਰਿਤਪਾਲ 13 ਦੇ ਵਿੱਚ ਹੈ। ਬਿਲਕੁਲ, ਜਿਹੜੀਆਂ 13 ਸੀਟਾਂ ਪੰਜਾਬ ਦੀਆਂ ਲੋਕ ਸਭਾ ਨੇ ਉਹ 13ਵੀਂ ਸੀਟ ਅੰਮ੍ਰਿਤਪਾਲ ਦੀ ਵੀ ਕਲੂ ਹੈ, ਅੰਮ੍ਰਿਤਪਾਲ ਸਿੰਘ ਸਮੇਤ 13। ਬਿਲਕੁਲ, ਠੀਕ ਹੈ। ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਨਾਲ। ਬਿਲਕੁਲ, ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਇੱਕ ਵਕੀਲ ਹੈ, ਉਹਨਾਂ ਦਾ ਪੈਨਲ ਸੀਗਾ ਤੇ ਜਿਹੜਾ ਚੋਣ ਕਮੇਟੀ ਲਈ ਬਣਿਆ ਸੀ, ਉੱਥੋਂ ਵੀ ਵਕੀਲ ਨੇ ਮਨਦੀਪ ਸਿੰਘ ਭੰਗੂ, ਆਪਾਂ ਉਹਨਾਂ ਦੀ ਮਾਤਾ ਨਾਲ, ਬਲਵਿੰਦਰ ਕੌਰ ਨਾਲ ਤੇ ਮਨਦੀਪ ਸਿੰਘ ਭੰਗੂ ਨਾਲ ਗੱਲਬਾਤ ਕਰਦੇ ਹਾਂ ਤੇ ਅਗਲੀ ਜਿਹੜੀ ਗੱਲਬਾਤ ਆ ਫਿਰ ਉਸ ਤੋਂ ਬਾਅਦ। ਸੋ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਐਡਵੋਕੇਟ ਮਨਦੀਪ ਸਿੰਘ ਨੇ, ਜਿਹੜੇ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਪੈਨਲ ਦੇ ਵਿੱਚ ਸੀਗੇ ਤੇ ਜਿਹੜੀ ਇਲੈਕਸ਼ਨ ਕਮੇਟੀ ਸੀਗੀ ਉਹਦੇ ਵਿੱਚ ਵੀ ਜਿਹੜੇ ਹੈਗੇ ਨੇ ਨਾਲ ਰਹੇ ਨੇ। ਸੋ ਵਕੀਲ ਸਾਹਿਬ, ਤੁਹਾਡਾ ਚੜ੍ਹਦੀ ਕਲਾ ਟਾਈਮ 'ਚ ਵੀ ਸਵਾਗਤ ਹੈ ਜੀ। ਮਿਹਰਬਾਨੀ ਜੀ, ਮਿਹਰਬਾਨੀ ਸਾਰੇ ਸਰੋਤਿਆਂ ਦਾ। ਵਕੀਲ ਸਾਹਿਬ, ਇੱਕ ਛੋਟੀ ਜਾਣਕਾਰੀ ਇਹ ਦਿਓ ਕਿ ਭਾਈ ਅੰਮ੍ਰਿਤਪਾਲ ਜਿਹੜਾ ਕੱਲ ਉਹਨਾਂ ਨੂੰ ਸਹੁੰ ਚੱਕਣ ਦਾ ਟਾਈਮ ਮਿਲਿਆ 12 ਤੋਂ 1 ਵਜੇ ਤੱਕ ਦਾ ਸੰਸਦ ਦੇ ਵਿੱਚ, ਕੀ ਉਹ ਬਾਹਰ ਆਉਣਗੇ ਇੱਕ ਘੰਟੇ ਲਈ ਪੈਰੋਲ ਮਿਲੇਗੀ ਜਾਂ ਸੰਸਦ ਦੇ ਵਿੱਚ ਸਹੁੰ ਚੱਕਣਗੇ ਆ ਕੇ ਕਿ ਜੇਲ੍ਹ 'ਚ ਸਹੁੰ ਚੱਕਣਗੇ? ਜਿੱਥੋਂ ਤੱਕ ਸਾਡੀ ਜਾਣਕਾਰੀ ਹੈ ਜੀ, ਉਹਨੂੰ ਵਿਧਾਨ ਆਪਣੇ ਲੋਕ ਸਭਾ ਦੇ ਵਿੱਚ ਹੀ ਪਹੁੰਚ ਕਰਕੇ ਪੈਰੋਲ ਤੇ ਜਾ ਕੇ ਸਹੁੰ ਚੁੱਕਣਗੇ ਜੀ। ਮੰਨਿਆ ਜਾਵੇ ਕਿ ਇੱਕ ਘੰਟੇ ਦੀ ਪੈਰੋਲ ਮਿਲੀ ਹੈ ਉਹਨਾਂ ਨੂੰ?
ਹਾਂਜੀ ਉਹਨਾਂ ਨੂੰ ਸਹੁੰ ਚੁੱਕਣ ਲਈ ਪੈਰੋਲ ਮਿਲੇਗੀ ਜੀ। ਜੀ ਜੀ, ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਸਿੱਧਾ ਲਿਆਂਦਾ ਜਾਏਗਾ ਉੱਥੇ ਸੰਸਦ 'ਚ? ਜੀ ਜੀ ਜੀ। ਅਤੇ ਉੱਥੋਂ ਹੀ ਵਾਪਸ ਲੈ ਕੇ ਜਾਣਗੇ? ਹਾਂਜੀ ਹਾਂਜੀ, ਉਹ ਹੁੰਦਾ ਜੀ ਜਿਹੜੇ ਵੀ ਪਰਪਜ਼ ਲਈ ਉਹ ਪੈਰੋਲ ਆਪਾਂ ਨੂੰ ਮਿਲਦੀ ਆ, ਉਹਦੇ ਲਈ ਜਿਹੜਾ ਹੈਗਾ ਆ ਜੇਲ੍ਹ ਅਥਾਰਟੀ ਪ੍ਰਬੰਧ ਕਰਕੇ ਉਹਨਾਂ ਨੂੰ ਉੱਥੇ ਪਹੁੰਚਾਉਂਦੀਆਂ ਆ ਅਤੇ ਫਿਰ ਵਾਪਸ ਲੈ ਕੇ ਆਉਂਦੇ। ਬਸ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਿਆ ਕੇ ਅਤੇ ਉੱਦਾਂ ਸੁਰੱਖਿਆ ਸੰਬੰਧਾਂ ਹੇਠ ਹੀ ਵਾਪਸ ਲਿਆ ਜਾਏਗਾ। ਫਿਰ ਇਹ ਇੱਥੇ ਇਜਾਜ਼ਤ ਤੁਹਾਡਾ ਕੋਈ ਪਰਿਵਾਰਕ ਮੈਂਬਰ ਨਾਲ ਜਾਏਗਾ ਮਾਤਾ ਜੀ? ਆਹੋ ਵੇਖਦੇ ਆ, ਕਹਿੰਦੇ ਪਰਿਵਾਰਕ ਮੈਂਬਰ ਨੂੰ ਪਾਸ ਮਿਲੂਗਾ, ਹਜੇ ਕਰਨ ਡਏ ਆ ਪਤਾ ਜੀ। ਉਹ ਫਿਰ ਡਿਬਰੂਗੜ੍ਹ ਤੋਂ ਸਿੱਧਾ ਹੀ ਆਣਗੇ ਦਿੱਲੀ? ਆਹੋ ਤੇ ਸਿੱਧੇ ਹੀ ਆਉਣਗੇ, ਪਤਾ ਨਹੀਂ ਹੁਣ ਕਿੱਦਾਂ ਲਿਆਉਂਦੇ ਆ, ਕਿਹੜੇ ਟਾਈਮ ਲਿਆਉਂਦੇ। ਜੀ ਜੀ, ਇਹ ਫਿਰ ਜਿਹੜੀ ਇਜਾਜ਼ਤ ਦਿੱਤੀ ਹੈ ਪੰਜਾਬ ਸਰਕਾਰ ਨੇ ਦਿੱਤੀ ਹੈ ਜਾਂ ਕੋਰਟ ਨੇ ਦਿੱਤੀ ਹੈ ਮਾਤਾ ਜੀ? ਪਤਾ ਨਹੀਂ, ਮੈਨੂੰ ਤੇ ਇਹਨਾਂ ਮੈਂ ਤਾਂ ਆਪ ਖਬਰ ਹੀ ਪੜੀ। ਜੀ ਜੀ, ਹਲੇ ਮਤਲਬ ਕਨਫਰਮ ਨਹੀਂ ਅਜੇ। ਕਨਫਰਮ ਹੀ ਆ ਕੱਲ ਦਾ ਟਾਈਮ ਜੀ 12 to 1। ਹਾਂ, 1 ਘੰਟੇ ਦੀ ਪੈਰੋਲ। ਸੋ ਬਿਲਕੁਲ ਬਾਣਾ ਜੀ, ਤੁਸੀਂ ਜਿਹੜਾ ਉਹਨਾਂ ਦੀ ਮਾਤਾ ਦੇ ਨਾਲ ਵੀ ਗੱਲਬਾਤ ਕੀਤੀ ਹੈ, ਵਕੀਲ ਸਾਹਿਬਾਨ ਦੇ ਨਾਲ ਵੀ ਗੱਲਬਾਤ ਕੀਤੀ ਹੈ, ਹੁਣ ਉਹਨਾਂ ਦਾ ਜਿਹੜਾ ਪੱਖ ਸੀ ਕੀ ਕਹਿਣਾ? ਉਹ ਤਾਂ ਕਹਿੰਦੇ ਵੀ ਸਹੁੰ ਚੁੱਕਣ ਵਾਸਤੇ ਆਣਗੇ, ਪਰ ਪ੍ਰੋਸੈਸ ਕੀ ਹੋਵੇਗਾ ਉਹਦਾ? ਨਹੀਂ ਦੇਖੋ, ਪ੍ਰੋਸੈਸ ਇਹ ਹੈ ਜਿਹੜਾ ਲੀਗਲੀ ਪ੍ਰੋਸੈਸ ਜਿਹੜਾ ਅਡੋਪਟ ਕਰਨਾ ਹੈ ਉਹ ਜਾਂ ਤਾਂ ਸੰਸਦ ਨੇ ਕਰਨਾ ਹੈ ਜਾਂ ਉਸ ਤੋਂ ਬਾਅਦ ਜਿਹੜੀ ਜੇਲ੍ਹ ਅਥਾਰਟੀ ਹੈ ਉਹਨੇ ਕਰਨਾ ਹੈ। ਇਹਨਾਂ ਦੇ ਜਿਹੜੇ ਵਕੀਲ ਜਿਹੜੇ ਹੈਗੇ ਨੇ ਪੈਨਲ ਆ ਵਕੀਲਾਂ ਦਾ ਅੰਮ੍ਰਿਤਪਾਲ ਦਾ, ਉਹਨਾਂ ਨੇ ਸੰਬੰਧਿਤ ਜਿੱਥੇ ਕੇਸ ਦਰਜ ਹੋਇਆ ਉੱਥੋਂ ਦੇ ਡਿਪਟੀ ਕਮਿਸ਼ਨਰ ਨੂੰ ਜਿਹੜਾ ਹੈਗਾ ਲੈਟਰ ਦਿੱਤਾ ਪੰਜਾਬ ਸਰਕਾਰ ਦੇ ਹਵਾਲੇ ਨਾਲ। ਬਿਲਕੁਲ, ਤੇ ਹੁਣ ਉਹਦੇ 'ਚ ਇਹ ਹੈ ਵੀ ਇਹ ਕੋਰਟ ਮੈਟਰ ਅਜੇ ਨਹੀਂ ਹੈਗਾ। ਇੱਕ ਤਾਂ ਹੁੰਦਾ ਨਾ ਕਿ ਕੇਸ ਜਿਹੜਾ ਕੋਰਟ 'ਚ ਗਿਆ, ਇਹ ਜਿਹੜਾ ਕੇਸ ਹੈ ਡਿਪਟੀ ਕਮਿਸ਼ਨਰ ਲੈਵਲ ਤੇ ਆ, ਜਿਹੜਾ NSA ਆ ਜਿਹੜੀ ਉਹ ਡਿਪਟੀ ਕਮਿਸ਼ਨਰ ਲੈਵਲ ਤੇ ਆ, ਉਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਲੈਟਰ ਦਿੱਤਾ ਸੀਗਾ। ਤੁਸੀਂ ਪਿਛਲੇ ਹਫ਼ਤੇ ਉਹਨਾਂ ਨੇ ਕਿਹਾ ਸੀ ਵੀ ਭਾਈ ਅੰਮ੍ਰਿਤਪਾਲ ਨੂੰ ਸਹੁੰ ਚੱਕਣ ਲਈ ਭੇਜਿਆ ਜਾਵੇ। ਉਹਨਾਂ ਨੇ ਤਾਂ ਇਹ ਵੀ ਜ਼ਿਕਰ ਕੀਤਾ ਕਿ ਜਿਹੜਾ ਜਿਹੜੀ NSA ਲਗਾਈ ਹੈ ਉਹ ਪੰਜਾਬ ਸਰਕਾਰ ਦੇ ਅਧੀਨ ਲੱਗੀ ਹੋਈ ਹੈ, ਜੇਕਰ ਪੰਜਾਬ ਸਰਕਾਰ ਚਾਹੇ ਤਾਂ ਉਹਨੂੰ NSA ਨੂੰ ਤੋੜ ਵੀ ਸਕਦੀ ਹੈ। ਦੇਖੋ ਅਮਰ ਜੀ, ਗੱਲ ਇਹ ਵੀ ਇੱਕ ਲੰਬਾ ਮੈਟਰ ਹੈ, ਜੇ ਆਪਾਂ ਇਸ ਦੇ ਉੱਪਰ ਗੱਲਬਾਤ ਕਰਨ ਲੱਗ ਜਾਂਗੇ ਤਾਂ ਬਹੁਤ ਸਮਾਂ ਬਹੁਤ ਦੇਰ ਲੱਗੇਗੀ ਇਸ ਗੱਲ ਤੇ ਵੀ NSA ਕਿਹਨੇ ਲਾਈ ਹੈ, ਕਿਵੇਂ ਲੱਗੀ ਹੈ, ਕਿਸ ਤਰ੍ਹਾਂ ਲੱਗੀ ਹੈ, ਕਿਹਦੇ ਅੰਡਰ ਹੈ, ਕਿਉਂ ਜੇਲ੍ਹ ਭੇਜਿਆ, ਇੱਕ ਲੰਬਾ ਜਿਹੜਾ ਹੈਗਾ ਪ੍ਰੋਸੈਸ ਆ। ਹੁਣ ਆਪਾਂ ਗੱਲ ਕਰਦੇ ਹਾਂ ਅਜੇ ਜੇਲ੍ਹ ਵਾਲੇ ਮੈਟਰ ਤੇ ਵੀ ਉਹਨਾਂ ਨੂੰ ਲਿਆਂਦਾ ਜਾਏਗਾ ਕਿਵੇਂ। ਹੁਣ ਉਹਦੇ 'ਚ ਕੀ ਆ ਕਿ ਜਿਹੜਾ ਅਧਿਕਾਰ ਹੈਗਾ ਉਹ ਇੱਕ ਸਿਰਫ NOC ਹੁੰਦੀ ਹੈ, ਜੇਕਰ ਆਪਾਂ ਗੱਲ ਕਰੀਏ ਲੀਗਲੀ ਉਹ ਜਿਹੜੇ ਨੇ ਵਕੀਲ, ਕਿਉਂਕਿ ਪ੍ਰੋਸੈਸ ਹੁੰਦਾ ਤੇ ਉਹਨਾਂ ਡਿਪਟੀ ਕਮਿਸ਼ਨਰ ਨੂੰ ਲੈਟਰ ਦਿੱਤਾ, ਉਸ ਤੋਂ ਬਾਅਦ ਜਿਹੜੀ ਜੇਲ੍ਹ ਅਥਾਰਟੀ ਨਾਲ ਟਾਈ ਅਪ ਕਰਕੇ ਤਾਂ ਉੱਥੋਂ ਜਿਹੜੀ NSA ਵੀ ਕੋਈ ਖਤਰਾ ਨਹੀਂ ਆ, ਬਾਹਰ ਕਿਵੇਂ ਲਿਆਂਦਾ ਜਾਏਗਾ, ਕਿਹੜੇ ਸੁਰੱਖਿਆ। ਤੁਸੀਂ ਤੁਹਾਡੇ ਯਾਦ ਹੋਣਾ ਇੱਕ ਕਿ ਜਦੋਂ ਆਪਾਂ ਇਸ ਗੱਲ 'ਤੇ ਪਹਿਲਾਂ ਵੀ ਕਈ ਵਾਰ ਗੱਲਬਾਤ ਕਰ ਚੁੱਕਿਆ ਕਿ ਆਮ ਆਦਮੀ ਪਾਰਟੀ ਦੇ ਇੱਕ ਰਾਜ ਸਭਾ ਮੈਂਬਰ ਬਣੇ ਸੀ ਸੰਜੇ ਸਿੰਘ, ਇਹ ਜਦੋਂ 4-5 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਬਣੇ ਸੀਗੇ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਉਹਦੀ ਟਰਮ ਪੂਰੀ ਹੋ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੈਠੇ ਹੀ ਦੁਬਾਰਾ ਫਿਰ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਸੀ ਤੇ ਜਦੋਂ ਉਹਨਾਂ ਨੇ ਸਹੁੰ ਚੱਕਣੀ ਸੀ ਉਹਨਾਂ ਨੂੰ 2 ਘੰਟਿਆਂ ਦੀ ਪੈਰੋਲ ਮਿਲੀ ਸੀਗੀ ਜੇਲ੍ਹ ਤੋਂ ਸੰਸਦ ਤੱਕ ਲਿਆਉਣ ਦੇ ਲਈ, ਸਿਰਫ ਸਹੁੰ ਚੱਕਣ ਲਈ। ਭਾਰੀ ਸੁਰੱਖਿਆ ਫੋਰਸ ਹੇਠ ਲੈ ਕੇ ਆਏ ਸੀ ਉਹਨਾਂ ਨੂੰ, ਜੇਲ੍ਹ ਤੋਂ ਬਾਹਰ ਲਿਆਂਦਾ, ਉਸ ਤੋਂ ਬਾਅਦ ਸਹੁੰ ਚੱਕੀ, ਸਹੁੰ ਤੋਂ ਬਾਅਦ ਫਿਰ ਜੇਲ੍ਹ ਚਲੇ ਗਏ। ਬਿਲਕੁਲ, ਇਹੀ ਕੰਮ ਜਿਹੜਾ ਹੈਗਾ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਅੰਮ੍ਰਿਤਪਾਲ ਨਾਲ ਹੋਏਗਾ। ਜੇਕਰ ਦੇਖੋ ਗੱਲ ਇਹ ਆ ਵੀ ਆਪਾਂ ਇਸ ਦੇ ਉੱਪਰ ਮੋਹਰ ਇਹਦੇ ਵਕੀਲ ਨੇ ਲਾਈ ਹੈ ਕਿ ਬਾਹਰ ਲਿਆਂਦਾ ਜਾ ਰਿਹਾ, ਉਹਨਾਂ ਦੀ ਮਾਤਾ ਜੀ ਵੀ ਕਹਿ ਰਿਹਾ ਕਿ ਬਾਹਰ ਲਿਆਂਦਾ ਜਾਏਗਾ, ਪਰ ਅਜੇ ਜਿਹੜੀਆਂ ਮੀਡੀਆ ਰਿਪੋਰਟਾਂ ਆ ਰਹੀਆਂ ਨੇ, ਮੀਡੀਆ ਰਿਪੋਰਟਾਂ ਅਜੇ ਤੱਕ ਇਹ ਗੱਲ ਕਹਿ ਰਹੀਆਂ ਨੇ ਸਸਪੈਂਸ 'ਚ ਹੈ, ਸਹੁੰ ਚੱਕਣਗੇ, ਇਹ ਤਾਂ ਕਨਫਰਮ ਹੈ ਕਿ ਸਹੁੰ ਚੱਕਣੀ ਹੈ। ਨਹੀਂ, ਕਾਨੂੰਨ ਦੇ ਮੁਤਾਬਿਕ ਅਧਿਕਾਰ ਵੀ ਹੈ ਸਹੁੰ ਚੱਕਣ ਦਾ, ਕਿ ਇਹ ਵੀ ਹੋ ਸਕਦਾ ਵੀ ਜੇਲ੍ਹ ਦੇ ਵਿੱਚੋਂ ਵੀ ਸਹੁੰ ਚੱਕਣ। ਦੇਖੋ ਕਾਨੂੰਨ ਤੁਹਾਡਾ ਕਹਿੰਦਾ ਹੈ ਕਿ ਸਹੁੰ ਚੱਕੋ, ਪਰ ਕਾਨੂੰਨ ਦੇ ਵਿੱਚ ਕਿਤੇ ਇਹ ਨਹੀਂ ਲਿਖਿਆ ਕਿ ਤੁਹਾਨੂੰ ਸਹੁੰ ਚੱਕਣ ਲਈ ਜੇਲ੍ਹ 'ਚੋਂ ਬਾਹਰ ਹੀ ਆਉਣਾ ਪਏਗਾ। ਉਹ ਤੁਹਾਡੇ ਪ੍ਰਸ਼ਾਸਨ ਨੇ ਦੇਖਣਾ
ਕਿ ਇਹਨਾਂ ਨੂੰ ਜਿਹੜੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਵੀ ਕੀ ਬਾਹਰ ਲਿਆਉਣਾ ਠੀਕ ਹੈ ਜਾਂ ਅੰਦਰ ਹੀ ਚੁਕਾਈਆ ਸੀ ਜਾਂ ਤੁਹਾਡੇ ਕੋਲ ਇੰਨੇ ਪ੍ਰਬੰਧ ਹੈਗੇ ਆ ਜੇਲ੍ਹ ਦੇ ਵਿੱਚ ਕਿ ਤੁਸੀਂ ਅੰਦਰ ਹੀ ਵੀਡੀਓ ਕਾਨਫਰੰਸਿੰਗ ਕਰੀਏ ਜੇਲ੍ਹ ਦੇ ਵਿੱਚ ਸਹੁੰ ਚੁਕਾ ਸਕੋ, ਠੀਕ ਹੈ? ਇਹ ਸਾਰਾ ਜਿਹੜਾ ਹੈਗਾ ਪ੍ਰਸ਼ਾਸਨ ਨੇ ਦੇਖਣਾ, ਇਹ ਸੁਰੱਖਿਆ ਦੇ ਲਿਹਾਜ਼ ਨਾਲ ਦੇਖਿਆ ਜਾਂਦਾ ਹੈ ਕਿ ਉਹਨਾਂ ਨੂੰ ਸਹੁੰ ਕਿੱਥੇ ਚੁਕਾਉਣੀ ਹੈ। ਹੁਣ ਦੇਖੋ ਮੀਡੀਆ ਰਿਪੋਰਟਾਂ ਜਿਵੇਂ ਪਹਿਲਾਂ ਗੱਲ ਕੀਤੀ ਹੈ, ਮੀਡੀਆ ਰਿਪੋਰਟਾਂ ਤਾਂ ਇਹ ਗੱਲ ਕਹਿ ਰਹੀਆਂ ਨੇ ਕਿ ਉਹਨਾਂ ਨੂੰ ਸਸਪੈਂਸ ਹੈ ਮੀਡੀਆ ਰਿਪੋਰਟਾਂ ਵੀ ਉਹਨਾਂ ਨੂੰ ਬਾਹਰ ਲਿਆਂਦਾ ਜਾਏਗਾ ਨਹੀਂ ਲਿਆਂਦਾ ਜਾਏਗਾ। ਪਰ ਜੇਕਰ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਦੀ ਗੱਲ ਕਰੀਏ ਜਿਹੜੇ ਭਾਈ ਅੰਮ੍ਰਿਤਪਾਲ ਦੇ ਮਾਤਾ ਨੇ, ਤੇ ਉਹ ਕਹਿੰਦੇ ਨੇ ਵੀ ਹਾਂ ਬਿਲਕੁਲ ਬਾਹਰ ਲਿਆਂਦਾ ਜਾ ਰਿਹਾ ਤੇ ਇੱਕ ਘੰਟੇ ਲਈ ਲਿਆਂਦਾ ਜਾਏਗਾ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਪਰਿਵਾਰਕ ਮੈਂਬਰ ਸਲਾਹ ਕਰ ਰਹੇ ਹਾਂ ਵੀ ਸ਼ਾਇਦ ਅਸੀਂ ਜਾਈਏ। ਪਰ ਇੱਕ ਗੱਲ ਹੋਰ ਅਮਰੀ, ਜਦੋਂ ਸਹੁੰ ਚੱਕਣ ਦਾ ਸਮਾਂ ਹੁੰਦਾ ਤਾਂ ਉੱਥੇ ਕੁਝ ਪਾਸ ਮਿਲਦੇ ਆ, ਬਿਲਕੁਲ ਜਿਹੜੇ ਉਹ ਪਾਸ ਮਿਲਦੇ ਆ ਉਹ ਜ਼ਿਆਦਾ ਐਂਟਰੀ ਹੁੰਦੀ ਆ, ਬਿਲਕੁਲ ਉਹ ਸਿਰਫ ਪਰਿਵਾਰਕ ਮੈਂਬਰਾਂ ਨੂੰ ਮਿਲਦੇ ਆ। ਜਿਹੜੇ ਨਿੱਜੀ ਪਰਿਵਾਰਕ ਮੈਂਬਰ ਦੇ, ਮੰਨ ਲਓ ਕਿਸੇ ਨੇ ਸਪੋਜ਼ ਕਰੋ ਅੰਮ੍ਰਿਤਪਾਲ ਹੈ, ਅਗਰ ਉਹਨੇ ਸਹੁੰ ਚੱਕਣੀ ਆ ਉਹਦੇ ਵਿੱਚ ਉਹਦੀ ਮਾਤਾ ਜੀ ਹੈ, ਪਿਤਾ ਜੀ ਆ, ਵਾਈਫ ਹੈ, ਸਿਸਟਰ ਹੈ, ਬ੍ਰਦਰ ਹੈ, ਬੱਚੇ ਆ, ਮਤਲਬ ਜਿਹੜਾ ਬਲੱਡ ਰਿਲੇਸ਼ਨ ਦੇ ਵਿੱਚ ਹੈਗੇ ਆ, ਤਾਂ ਇੱਕ ਤੋਂ ਬਾਹਰ ਵੀ ਹੋ ਸਕਦੇ ਆ। ਪਰ ਜ਼ਿਆਦਾ ਕਰਕੇ ਜਿਹੜੇ ਪਾਸ ਹੈ ਉਹਦੀ ਕੋਈ ਲਿਮਿਟ ਹੁੰਦੀ ਹੈ ਕਿ ਇੱਕ ਐਮਪੀ ਨੂੰ ਜਾਂ ਇੱਕ ਐਮਐਲਏ ਨੇ ਸਹੁੰ ਚੱਕਣੀ ਉਹਨੂੰ ਕਿੰਨੇ ਪਾਸ ਮਿਲ ਸਕਦੇ ਆ, ਕੈਂਪੀ ਨੂੰ ਕਿੰਨੇ ਮਿਲਣੇ ਆ, ਅਗਰ ਕੱਲ੍ਹ ਕੈਬਨਿਟ ਮੰਤਰੀ ਨੇ ਸਹੁੰ ਚੁੱਕਣੀ ਉਹਨੂੰ ਕਿੰਨੇ ਪਾਸ ਮਿਲਣੇ, ਇੱਕ ਲਿਮਿਟ ਹੈ। ਉਹ ਲਿਮਿਟ ਮੁਤਾਬਕ ਜਿਹੜੇ ਪਾਸ ਹੈ ਉਹ ਪਾਸ ਦਿੱਤੇ ਜਾਣੇ ਆ। ਸੋ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਇਹ ਗੱਲ ਕਹਿ ਰਹੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਸਾਨੂੰ ਪਾਸ ਆ ਜਾਣਗੇ ਸ਼ਾਮ ਤੱਕ ਜਾਂ ਕੱਲ੍ਹ ਸਵੇਰ ਤੱਕ। ਕਿੰਨੇ ਪਾਸ ਹੋਣਗੇ, ਕਿਹਦੇ ਕਿਹਦੇ ਹੋਣਗੇ ਕੀ, ਹਾਂ ਇੱਕ ਹੋਰ ਆ ਵਜੇਗਾ, ਅਗਰ ਅੰਮ੍ਰਿਤਪਾਲ ਨੂੰ ਲੈ ਕੇ ਆਇਆ ਜਾਂਦਾ ਉੱਥੇ ਸੰਸਦ ਦੇ ਵਿੱਚ, ਕੀ ਉੱਥੇ ਉਹਨਾਂ ਦੀ ਮੁਲਾਕਾਤ ਹੋਏਗੀ? ਇਹ ਵੀ ਵੱਡੀ ਗੱਲ ਦੇਖਣ ਵਾਲੀ ਗੱਲ ਹੋਏਗੀ ਵੀ ਜੇ ਅੰਮ੍ਰਿਤਪਾਲ ਨੂੰ ਡਿਬਰੂਗਾ, ਦੇਖੋ ਸੁਰੱਖਿਆ ਪ੍ਰਬੰਧ ਪੂਰੇ ਹੋਣਗੇ। ਜੇਕਰ ਦੋ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ, ਤੁਹਾਡੀ ਵਕੀਲ ਸਾਹਿਬਾਨ ਦੇ ਨਾਲ ਵੀ ਗੱਲਬਾਤ ਹੋਈ ਹੈ, ਉਹਨਾਂ ਦੀ ਮਾਤਾ ਦੇ ਨਾਲ ਵੀ ਹੋਈ ਆ, ਤਾਂ ਉਹ ਕਹਿ ਰਹੇ ਨੇ ਵੀ ਇੱਕ ਘੰਟਾ ਜਾਂ ਦੋ ਘੰਟੇ ਦੀ ਜਿਹੜੀ ਪਰੋਲ ਆ ਉਹ ਮਿਲ ਸਕਦੀ ਹੈ। ਇੱਕ ਘੰਟਾ ਪਰੋਲ, ਉਹ ਤਾਂ ਪੂਰਾ ਟਾਈਮ ਹੈ ਕਿ ਤੁਸੀਂ ਪੂਰੇ 12 ਵਜੇ ਉੱਥੇ ਬਾਏ ਏਅਰ ਆਓਗੇ, ਬਾਏ ਏਅਰ ਆ ਕੇ ਲੈਂਡ ਕਰੇਗਾ ਉੱਥੋਂ, ਨਾਲ ਦੀ ਨਾਲ ਉਹਨਾਂ ਨੂੰ ਜਿਸ ਤਰ੍ਹਾਂ ਵੀ ਉਹਨਾਂ ਦੇ ਜਿਹੜੇ ਦਿੱਲੀ ਪੁਲਿਸ ਦੇ ਨਾਲ ਟਾਈ ਅਪ ਕਰਕੇ ਜਿਸ ਤਰ੍ਹਾਂ ਪ੍ਰਬੰਧ ਹੋਣਗੇ ਸੰਸਦ 'ਚ ਲਿਆ ਜਾਏਗਾ, ਕਿਤੇ ਰਸਤੇ ਬ੍ਰੇਕ ਨਹੀਂ ਹੋਏਗੀ, ਕਿਸੇ ਰਸਤੇ ਰੋਕਿਆ ਨਹੀਂ ਜਾਏਗਾ। ਅਗਰ ਜੇ ਲਿਆਂਦਾ ਜਾਏਗਾ ਤਾਂ ਸੁਰੱਖਿਆ ਪ੍ਰਬੰਧ ਇੰਨੇ ਕੁ ਜਿਹੜੇ ਹੈਗੇ ਨੇ ਕਰੜੇ ਹੋਣਗੇ ਕਿ ਉਹਨਾਂ ਨੂੰ ਕਿਤੇ ਵੀ ਰਸਤੇ ਰੋਕਣ ਦੀ ਇਜਾਜ਼ਤ ਨਹੀਂ ਹੋਏਗੀ। ਅਗਰ ਤੁਸੀਂ ਬਾਏ ਏਅਰ ਜੇ ਏਅਰਪੋਰਟ 'ਤੇ ਵੀ ਉਤਰਦੇ ਹੋ ਤਾਂ ਏਅਰਪੋਰਟ ਤੋਂ ਸਿੱਧਾ ਸੰਸਦ ਤੱਕ ਹੀ ਤੁਹਾਡਾ ਜਿਹੜਾ ਕਾਫਲਾ ਗੱਡੀਆਂ ਦਾ ਜਾਏਗਾ, ਘੰਟਾ ਸੰਸਦ ਦੇ ਵਿੱਚ ਹੀ ਜਿਹੜਾ ਬਤੀਤ ਕਰੂਗਾ। ਬਿਲਕੁਲ, ਜਿਹੜਾ ਕਾਫਲਾ ਏਅਰਪੋਰਟ ਤੋਂ ਸੰਸਦ ਤੱਕ ਸਿੱਧਾ ਜਾਏਗਾ ਔਰ ਸੰਸਦ ਦੇ ਵਿੱਚ ਹੀ ਰੋਕੇਗਾ ਤੇ ਸੰਸਦ ਤੋਂ ਬਾਹਰ ਸਿੱਧਾ ਏਅਰਪੋਰਟ 'ਤੇ ਰੁਕੇਗਾ, ਉੱਥੋਂ ਤੁਸੀਂ ਬਾਏ ਏਅਰ ਜਾ ਕੇ ਫਿਰ ਡਿਬਰੂਗੇਲ ਜੇਲ੍ਹ ਹੀ ਜਾਓਗੇ। ਤਾਂ ਕੀ ਤੁਹਾਡੀ ਮੁਲਾਕਾਤ ਹੋਏਗੀ, ਕੀ ਤੁਹਾਡੇ ਪਰਿਵਾਰਕ ਜਿਹੜੇ ਹੈਗੇ ਮੈਂਬਰ ਮੁਲਾਕਾਤ ਕਰ ਸਕਣਗੇ, ਕੀ ਉੱਥੇ ਜਿਹੜੇ ਪੰਜਾਬ ਦੇ ਵਿੱਚ ਇੱਕ ਹੋਰ ਪੰਥਕ ਉਮੀਦਵਾਰ ਬਣੇ ਨੇ ਸਰਬਜੀਤ ਸਿੰਘ ਖਾਲਸਾ, ਹਾਂ ਉਹ ਵੀ ਨਾਲ ਹੋਣਗੇ। ਦੇਖੋ ਉਹ ਉਹਨਾਂ ਦਾ ਇੱਕ ਵੱਖਰਾ, ਉਹਨਾਂ ਨੇ ਸਹੁੰ ਚੱਕਣੀ ਆ, ਉਹਦਾ ਬਾਹਰ ਨੇ ਸਹੁੰ, ਉਹਨਾਂ ਨੇ ਵੀ ਚੱਕਣੀ ਆ, ਭਾਈ ਅੰਮ੍ਰਿਤਪਾਲ ਸਿੰਘ ਨੇ ਵੀ ਸਹੁੰ ਚੁੱਕਣੀ ਆ, ਹੋਰ ਜਿਹੜੇ 13 ਮੈਂਬਰ ਲੋਕ ਸਭਾ ਬਣੇ ਨੇ ਉਹਨਾਂ ਨੇ ਵੀ ਸਹੁੰ ਚੱਕਣੀ ਆ। ਪਰ ਗੱਲ ਇਹ ਵੀ ਕੀ ਉੱਥੇ ਜਿਹੜੇ ਸੰਸਦ ਮੈਂਬਰ ਦੂਜੇ ਆ ਉਹਨਾਂ ਨਾਲ ਮੁਲਾਕਾਤ ਹੋਈ ਜਾਏਗੀ ਜਾਂ ਮੁਲਾਕਾਤ ਕਰਨ ਦਾ ਤਰੀਕਾ ਕੀ ਹੋਏਗਾ? ਜਿਸ ਤਰ੍ਹਾਂ ਆਪਾਂ ਲਗਾਤਾਰ ਦੇਖਦੇ ਹਾਂ ਜਦੋਂ ਕਿ ਨਵਾਂ ਕੈਬਨਿਟ ਮੰਤਰੀ ਬਣਦੇ ਨੇ ਤਾਂ ਆਪਸ ਦੇ ਵਿੱਚ ਚਾਹ ਪਾਣੀ ਪੀਂਦੇ ਨੇ, ਮੁਲਾਕਾਤ ਕਰਦੇ ਨੇ, ਕੀ ਇਹ ਜਿਸ ਤਰ੍ਹਾਂ ਅੰਮ੍ਰਿਤਪਾਲ ਦੀ ਗੱਲ ਕੀਤੀ ਜਾਵੇ ਨਵੇਂ ਐਮਪੀ ਬਣੇ ਨੇ ਕਿ ਸਾਰੇ ਐਮਪੀਆਂ ਦੇ ਨਾਲ ਮੁਲਾਕਾਤ ਕਰਨਗੇ? ਕਿਉਂਕਿ ਅਕਸਰ ਹੀ ਆਪਾਂ ਦੇਖਦੇ ਹਾਂ ਫੋਟੋਆਂ ਵੀ ਜਿਹੜਾ ਖਿਚਾਈਆਂ ਜਾਂਦੀਆਂ ਨੇ ਵੀ ਆਹ ਦੇਖੋ ਨਵੇਂ ਐਮਪੀ ਬਣੇ ਨੇ, ਆਹ ਚਾਹ ਪੀ ਰਹੇ ਨੇ, ਆਹ ਠੰਡਾ ਪੀ ਰਹੇ ਨੇ, ਆਹ ਕੌਫੀ ਪੀ ਰਹੇ ਨੇ, ਕਿਸ ਤਰ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਇਹ ਦੇਖੋ ਇਹ ਕੱਲ੍ਹ ਜਿਹੜਾ ਉੱਥੋਂ ਦਾ ਜਿਹੜਾ ਸੁਰੱਖਿਆ ਦੇ ਲਿਹਾਜ਼ ਨਾਲ ਕਿੱਦਾਂ ਦਾ ਜਿਹੜਾ ਪ੍ਰੋਗਰਾਮ ਬਣੇਗਾ, ਸਿਕਿਉਰਿਟੀ ਦੇ ਲਿਹਾਜ਼ ਨਾਲ ਕਿੱਦਾਂ ਦਾ ਪ੍ਰੋਗਰਾਮ ਬਣਿਆ, ਕਿ ਜੇ ਕੋਈ ਸਿਕਿਉਰਿਟੀ ਲੈਪਸ ਨਾ ਹੋ ਜਾਏ ਜਾਂ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਿਟੀ ਦਿੱਕਤ ਨਾ ਆ ਜਾਏ, ਇਸ ਕਰਕੇ ਜਿਹੜੇ ਸਾਰੇ ਪ੍ਰੋਗਰਾਮ ਨੇ ਜਿਹੜੇ ਉੱਥੋਂ ਦੇ ਮੈਨੇਜਮੈਂਟ ਹੈਗੀ ਹੈ ਚਾਹੇ ਸੰਸਦ ਦੀ ਹੈ ਚਾਹੇ ਡਿਬਰੂਗੜ੍ਹ ਜੇਲ੍ਹ ਦੀ ਹੈ, ਦੇਖੋ ਜੇਲ੍ਹ ਦਾ ਜਿਹੜਾ ਪ੍ਰਬੰਧ ਆ ਉਹ ਜੇਲ੍ਹ ਤੱਕ ਸੀਮਤ ਹੈ। ਬਿਲਕੁਲ ਬਿਲਕੁਲ, ਜਿਹੜਾ ਜੇਲ੍ਹ ਦਾ ਪ੍ਰਬੰਧ ਆ ਉਹ ਜੇਲ੍ਹ ਤੱਕ ਸੀਮਤ ਹੈ। ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਕਈ ਵਾਰ ਸਪੋਜ਼ ਕਰੋ ਤੁਸੀਂ, ਮੰਨ ਲਓ ਕੋਈ ਜੇਲ੍ਹ ਹੈ ਚਾਹੇ ਪਟਿਆਲੇ ਦੀ ਹੈ ਚਾਹੇ ਲੁਧਿਆਣਾ ਦੀ ਹੈ ਚਾਹੇ ਜਲੰਧਰ ਦੀ ਹੈ, ਜਦੋਂ ਕੈਦੀ ਜੇਲ੍ਹ ਦੇ ਅੰਦਰ ਹੈ ਤਾਂ ਉਹ ਉਦੋਂ ਤੱਕ ਉਹਦਾ ਪ੍ਰਬੰਧ ਜੇਲ੍ਹ ਨਾਲ ਸੰਬੰਧਿਤ ਹੈ।
ਜਦੋਂ ਕੈਦੀ ਨੂੰ ਤੁਸੀਂ ਉੱਥੋਂ ਬਾਹਰ ਕੱਢ ਲਿਆ ਗੇਟ ਤੋਂ, ਡਿਊਟੀ ਤੋਂ ਬਾਹਰ ਆ ਗਏ, ਤਾਂ ਉਹਦੀ ਜਿਹੜੀ ਹੈਂਡ ਓਵਰ ਆ ਉਹਨੂੰ ਨਾਲ ਦੀ ਨਾਲ ਜਿਹੜੀ ਸੰਬੰਧਿਤ ਪੁਲਿਸ ਹੋਏਗੀ ਉਹਨੂੰ ਹੈਂਡ ਓਵਰ ਕੀਤਾ ਜਾਂਦਾ, ਤਾਂ ਅਗਲਾ ਜਿਹੜੀ ਜ਼ਿੰਮੇਵਾਰੀ ਆ ਉਹ ਉਸ ਪੁਲਿਸ ਦੀ ਬਣ ਜਾਂਦੀ ਹੈ ਜਿਹਨੂੰ ਤੁਸੀਂ ਹੈਂਡ ਓਵਰ ਕੀਤਾ। ਅੱਛਾ ਕਿਰਪਾਲ ਜੀ, ਇੱਦਾਂ ਵੀ ਹੋ ਸਕਦਾ ਜੇਕਰ ਉਹਨੂੰ ਪਰੋਲ ਨਾ ਮਿਲਦੀ ਹੋਵੇ, ਕਿ ਇੱਦਾਂ ਵੀ ਉਹ ਜੇਲ੍ਹ ਦੇ ਵਿੱਚ ਵੀ ਉਹ ਸੋਚ ਸਕਦਾ, ਕੋਈ ਪ੍ਰਸ਼ਾਸਨ ਅਧਿਕਾਰੀ ਉੱਥੇ ਜਾ ਕੇ ਵੀ ਚੁਕਾ ਸਕਦੇ? ਨਹੀਂ ਨਹੀਂ, ਉੱਥੇ ਜਾ ਕੇ ਨਹੀਂ, ਉਹ ਤਾਂ ਹੈਗਾ ਕਿ ਵੀਡੀਓ ਕਾਨਫਰੰਸ ਦੇ ਜ਼ਰੀਏ ਜਿਸ ਤਰ੍ਹਾਂ ਪੰਜਾਬ ਦੇ 13 ਜਿਹੜੇ ਲੋਕ ਸਭਾ ਜਿਹੜੇ ਮੈਂਬਰ ਨੇ ਜਦੋਂ ਸਹੁੰ ਚੱਕਦੇ ਹੋਣਗੇ, ਤਾਂ ਵੀਡੀਓ ਕਾਨਫਰੰਸ ਦੇ ਜ਼ਰੀਏ ਉੱਥੇ ਹੀ ਜਿਹੜੇ ਸਹੁੰ ਚੱਕਣ ਦਾ ਜਿਹੜਾ ਪ੍ਰਬੰਧ ਹੈ ਜੇਲ੍ਹ ਦੇ ਵਿੱਚ ਹੀ, ਉਹ ਵੀ ਹੋ ਸਕਦਾ, ਉਹ ਵੀ ਇੱਕ ਪ੍ਰੋਸੈਸ ਹੈਗਾ। ਪਰ ਕੋਸ਼ਿਸ਼ ਕਰ ਰਹੇ ਨੇ, ਪਰਿਵਾਰਕ ਮੈਂਬਰ ਵੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਸਹੁੰ ਚੱਕਣ ਦਾ ਜਿਹੜਾ ਹੈਗਾ ਉਹ ਇੱਥੇ ਹੀ ਲਿਆਂਦਾ ਜਾਵੇ। ਕਿਉਂ? ਕਿਉਂਕਿ ਦੇਖੋ ਉਹਨਾਂ ਦੇ ਉੱਪਰ NSA ਲੱਗੀ ਹੋਈ ਹੈ, ਜਿਹੜੀ NSA ਹੈ ਨੈਸ਼ਨਲ ਸਿਕਿਉਰਿਟੀ ਐਕਟ, ਤੇ ਐਕਟ ਜਿਹੜਾ ਐਕਟ ਹੈ ਸਖ਼ਤ ਵੀ ਕਾਫੀ ਹੈ। ਪਰ ਦੂਜੀ ਗੱਲ, ਜੇ ਆਪਾਂ ਉਹਦੀ ਬੈਕਗ੍ਰਾਊਂਡ ਦੇਖੀਏ, ਅੰਮ੍ਰਿਤਪਾਲ ਦੀ ਜੇਕਰ ਆਪਾਂ ਬੈਕਗ੍ਰਾਊਂਡ ਦੇਖੀਏ, ਤਾਂ ਉਹਨਾਂ ਦੇ ਉੱਪਰ ਕੋਈ ਬਹੁਤਾ ਵੱਡਾ ਕੋਈ ਵੀ ਕੇਸ ਨਹੀਂ ਹੈਗਾ, ਠੀਕ ਹੈ। ਇਸ ਤੋਂ ਪਹਿਲਾਂ ਕਈ ਵਾਰੀ ਹੁੰਦਾ ਕਿ ਜ਼ਿਆਦਾ ਕੇਸ ਪਹਿਲਾਂ ਨੇ, ਮੰਨ ਲਓ 10-15 ਕੇਸ ਪਹਿਲਾਂ ਪਏ ਹੋਏ ਨੇ, ਬਸ NSA ਫੇਰ ਲੱਗ ਗਿਆ ਤੇ ਪੁਰਾਣੇ ਕੇਸ ਨੇ ਉਹ ਸਾਰੇ ਕੇਸ, ਪਿਛਲਾ ਰਿਕਾਰਡ ਬੋਲਦਾ ਹੋਵੇ, ਪਿਛਲਾ ਰਿਕਾਰਡ ਆ ਜਿਹੜਾ ਤੁਹਾਡਾ ਅਪਰਾਧਿਕ ਰਿਕਾਰਡ ਆ, ਇਦਾਂ ਦਾ ਕੁਝ ਅੰਮ੍ਰਿਤਪਾਲ ਦਾ ਅਜੇ ਤੱਕ ਸਾਹਮਣੇ ਨਹੀਂ ਆਇਆ। ਇਸ ਕਰਕੇ ਇੱਕੋ ਹੀ ਕੇਸ ਆ ਉਹਨਾਂ ਤੇ NSA, ਤੇ ਉਸੇ ਦੇ ਤਹਿਤ ਹੀ ਉਹ ਜੇਲ੍ਹ ਦੇ ਵਿੱਚ ਉੱਥੇ ਬੰਦ ਹੈ। ਤੇ ਹੁਣ ਕੀ ਹੈ ਕਿ ਮੈਨੂੰ ਲੱਗਦਾ ਨਹੀਂ ਗਾ ਵੀ ਸ਼ਾਇਦ ਸਰਕਾਰ ਇੰਨਾ ਵਾਅਦਾ ਜਿਹੜਾ ਉਠਾਏਗੀ ਵੀ ਉਹਨਾਂ ਨੂੰ ਜੇਲ੍ਹ ਚੋਂ ਸਹੁੰ ਚੁਕਾਈ ਜਾਵੇਗੀ। ਜਿਹੜੇ ਹਿਸਾਬ ਨਾਲ ਉਹਦੇ ਵਕੀਲ ਨੇ ਕਿਹਾ, ਉਹਦੀ ਮਾਤਾ ਜੀ ਕਹਿ ਰਹੇ ਹੈ ਕਿ ਅੰਮ੍ਰਿਤਪਾਲ ਬਾਹਰ ਆ ਕੇ ਸਹੁੰ ਚੱਕਣਗੇ, ਕੱਲ 12 ਤੋਂ 1 ਵਜੇ ਦਾ ਟਾਈਮ ਹੈ, ਦਿੱਲੀ ਸੰਸਦ ਦੇ ਵਿੱਚ ਆ ਕੇ ਉਹਨਾਂ ਨੇ ਸਹੁੰ ਚੱਕਣੀ ਹੈ, ਮੈਂਬਰ ਪਾਰਲੀਮੈਂਟ ਬਣ ਗਏ ਨੇ ਉਹ, ਤੇ ਪੰਜਾਬ ਦੇ ਲੋਕਾਂ ਨੂੰ ਹੁਣ ਜਿਹੜੀਆਂ ਨਜ਼ਰਾਂ ਨੇ ਉਹ ਇਸੇ 'ਤੇ ਹੀ ਹੈਗੀਆਂ ਨੇ ਕਿ ਕੀ ਅੰਮ੍ਰਿਤਪਾਲ ਬਾਹਰ ਆ ਰਿਹਾ, ਅੰਮ੍ਰਿਤਪਾਲ ਬਾਹਰ ਆ ਕੇ ਸਹੁੰ ਚੱਕਣਗੇ, ਜੇ ਸਹੁੰ ਚੱਕਣਗੇ ਤਾਂ ਸਹੁੰ ਚੱਕਦੇ ਸਮੇਂ ਉਹਨਾਂ ਦਾ ਜਿਹੜਾ ਵਤੀਰਾ ਕਿਵੇਂ ਦਾ ਹੋਏਗਾ, ਜਾਂ ਜਿਹੜੇ ਉੱਥੇ ਮੈਂਬਰ ਪਾਰਲੀਮੈਂਟ ਹੈ ਉਹ ਅੰਮ੍ਰਿਤਪਾਲ ਦੇ ਨਾਲ ਕਿੱਦਾਂ ਦਾ ਵਤੀਰਾ ਕਰਨਗੇ, ਮੇਲ ਮਿਲਾਪ ਕਿਵੇਂ ਹੋਏਗਾ, ਉਹਦੇ ਪਰਿਵਾਰਕ ਮੈਂਬਰ ਨਾਲ ਮੇਲ ਮਿਲਾਪ ਕਿਵੇਂ ਹੋਏਗਾ, ਕਿਵੇਂ ਮਿਲਣਗੇ, ਕਿਸ ਤਰ੍ਹਾਂ ਦਾ ਜਿਹੜਾ ਹੈਗਾ ਮਾਹੌਲ ਹੋਏਗਾ, ਕੱਲ 12 ਤੋਂ 1 ਵਜੇ ਦਾ ਸਮਾਂ ਉਹੀ ਦੱਸੇਗਾ। ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ, ਅੱਜ ਅਸੀਂ ਬੋਲਦਾ ਪੰਜਾਬ ਦੇ ਵਿੱਚ 13 MPਾਂ ਦੀ ਗੱਲ ਕੀਤੀ ਹੈ, ਕਿਉਂਕਿ 13 MP ਨੇ ਉਹ ਸਹੁੰ ਚੱਕਣਗੇ, ਜਿਨ੍ਹਾਂ ਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਵੀ ਜਿਹੜੇ ਉਹ ਮੌਜੂਦ ਹੋਣਗੇ ਜਾਂ ਫਿਰ ਜੇਲ੍ਹ ਦੇ ਵਿੱਚ ਸਹੁੰ ਚੱਕਣਗੇ। ਜਿਸ ਤਰ੍ਹਾਂ ਉਹਨਾਂ ਦੇ ਵਕੀਲ ਸਾਹਿਬਾਨ ਅਤੇ ਉਹਨਾਂ ਦੀ ਮਾਤਾ ਵੱਲੋਂ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਕਿ 1 ਘੰਟੇ ਦੀ ਜਿਹੜੀ ਪਰੋਲ ਆ ਉਹ ਮਿਲ ਸਕਦੀ ਆ, ਉਹ ਵੀ ਅਸੀਂ ਤੁਹਾਨੂੰ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਸਾਰੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ।